ਜਿਹਦਾ ਮਿੱਤਰ ਵੈਲਕਮ ਬੈਕ ਟੂ ਉਹਨਾਂ ਦਾ ਸਵਾਗਤ ਕਰਦਾ ਤੁਹਾਡਾ ਚੈਨਲ ਇੱਕ ਹੋਰ ਨੇ ਵਲੋਗ 'ਚ। ਅਤੇ ਬੜੇ ਦਿਨ ਹੋ ਗਏ ਆਪਣਾ ਕੋਈ ਵਲੋਗ ਨਹੀਂ ਆਇਆ, ਅਤੇ ਅੱਜ ਆਪਾਂ ਵਲੋਗ ਸ਼ੂਟ ਕਰਨ ਚੱਲੇ ਹਾਂ। ਅੱਜ ਚੱਲੇ ਹਾਂ ਆਪਾਂ TPO ਟੋਰੋਂਟੋ ਪ੍ਰੀਮੀਅਮ ਆਊਟਲੈਟ, ਅਤੇ ਆਪਾਂ ਚੱਲੇ ਆਪਣੇ ਯਾਰ ਦੋਸਤ ਨਾਲ। ਯਾਰ ਦੋਸਤ ਫਿਲਹਾਲ ਆ ਰਿਹਾ ਗੱਡੀ ਲੈ ਕੇ, ਅਤੇ ਆਪਣੇ ਨਾਲ ਇੱਕ ਹੋਰ ਮੁੰਡਾ ਨਵਾਂ ਇੰਡੀਆ ਤੋਂ ਆਇਆ ਮੇਰੇ ਪਿੰਡ ਤੋਂ, ਤੁਹਾਨੂੰ ਉਹਦੇ ਨਾਲ ਵੀ ਇੰਟਰੋਡਿਊਸ ਕਰਾਵਾਂਗੇ। ਬਸ ਤਿਆਰ ਤਿਉਰ ਹੋ ਗਏ, ਬਸ ਵੇਟ ਕਰ ਰਹੇ ਹਾਂ ਮੁੰਡੇ ਦੀ, ਅਤੇ ਬਸ ਚੱਲਦੇ ਹਾਂ। ਬਾਕੀ ਵਲੋਗ ਇਸ ਕਰਕੇ ਨਹੀਂ ਆਏ, ਘੁੰਮਣ ਫਿਰਨ ਦਾ ਅਸੀਂ ਬਹੁਤ ਜਾਂਦੇ ਸੀ, ਪਰ ਵਲੋਗ ਸ਼ੂਟ ਕਰਨ ਦਾ ਕਈ ਵਾਰ ਜੀ ਨਹੀਂ ਕਰਦਾ ਸੀ, ਤੁਹਾਨੂੰ ਪਤਾ ਹੈ, ਫਿਰ ਫਰੈਂਡਸ ਨਾਲ ਇੰਜੋਏ ਕਰਨਾ ਹੁੰਦਾ। ਅਤੇ ਹੁਣ ਤਾਂ ਆਪਾਂ ਰੈਗੂਲਰ ਪਾਏ ਕਰਾਂਗੇ, ਬਸ ਜਿੰਨੀ ਕੋਸ਼ਿਸ਼ ਹੋ ਸਕੀ ਉਨੀ ਪਾਵਾਂਗੇ ਆਪਾਂ ਵਲੋਗਸ। ਅਤੇ ਬਸ ਅੱਜ ਦਾ ਵਲੋਗ ਕੰਟੀਨਿਊ ਦੇਖੋ। ਅਤੇ ਜਿੱਥੇ ਅਸੀਂ ਪਹਿਲਾਂ ਰਹਿੰਦੇ ਸੀ ਉੱਥੋਂ ਅਸੀਂ ਘਰ ਮੂਵ ਕਰਤਾ, ਅਤੇ ਹੁਣ ਅਸੀਂ ਨਵੇਂ ਏਰੀਆ 'ਚ ਆ ਗਏ, ਸੈਂਡਲਵੁੱਡ ਏਰੀਆ, ਸੈਂਡਲਵੁੱਡ ਸਟਰੀਟ ਦਾ ਨਾਮ ਹੈ ਬਾਕੀ, ਅਤੇ ਕੈਨੇਡੀ। ਚੱਕਰ ਇਹ ਹੈ ਕਿ ਉੱਥੇ ਰਸ਼ ਜ਼ਿਆਦਾ ਹੁੰਦਾ ਸੀ, ਮਤਲਬ ਕੁਈਨ ਵਾਲਾ ਏਰੀਆ ਸੀ ਉਹ, ਕੁਈਨ ਸਟਰੀਟ 'ਤੇ, ਅਤੇ ਕੁਈਨ 'ਤੇ ਜ਼ਿਆਦਾ ਰਸ਼ ਹੈ ਕਿਉਂਕਿ ਡਾਊਨ ਟਾਊਨ ਉੱਥੇ। ਅਤੇ ਹੁਣ ਅਸੀਂ ਥੋੜ੍ਹਾ ਬਰੈਂਪਟਨ ਤੋਂ ਬਾਹਰ ਜੀ ਬਾਹਰਲੇ ਇਲਾਕੇ 'ਚ ਆ ਗਏ, ਆਉਂਦਾ ਬਰੈਂਪਟਨ 'ਚ ਹੀ ਹੈ, ਪਰ ਸਟਰੀਟ ਮਤਲਬ ਲਾ ਲਓ ਲਾਸਟ ਵਾਲੀ ਸਟਰੀਟਾਂ ਨੇ ਇਹ, ਜਿਵੇਂ ਇਹ ਬਹੁਤ ਸ਼ਾਂਤ ਜਿਹਾ ਏਰੀਆ, ਇੱਥੇ ਤੁਹਾਨੂੰ ਗਿਣਿਆ ਚੁਣਿਆ ਬੰਦਾ ਮਿਲੂਗਾ, ਪਾਰਕਿੰਗਾਂ ਵੀ ਖਾਲੀ ਪਈਆਂ ਨੇ ਸਾਰੀਆਂ ਜ਼ਿਆਦਾਤਰ, ਅਤੇ ਇਸ ਕਰਕੇ ਆ ਏਰੀਆ ਥੋੜ੍ਹਾ ਜਿਹਾ ਘੈਂਟ ਲੱਗਦਾ, ਕਿਉਂਕਿ ਸ਼ਾਂਤ ਜਿਹਾ ਏਰੀਆ, ਠੰਡਾ ਠੰਡਾ ਜਿਹਾ ਏਰੀਆ ਹੈ ਮੌਸਮ ਜਿਹਾ। ਅਤੇ ਬਾਕੀ ਸਹੀ ਹੈ, ਮਤਲਬ ਸਾਰੇ ਆਲ ਓਵਰ ਤੁਹਾਨੂੰ ਪਤਾ ਖੱਪ ਤਾਂ ਪੈਂਦਾ ਹੈ ਬਰੈਂਪਟਨ 'ਚ। ਅਤੇ ਚੱਲਦੇ ਹੁਣ, ਆ ਜੀ ਸਾਡਾ ਨਵਾਂ ਮੁੰਡਾ, ਆ ਜੇ ਸੈਣੀ, ਇਹਨੂੰ ਆਏ ਨੂੰ ਹਲੇ 10 ਕੁ ਦਿਨ ਹੋਏ ਨੇ। ਉਹ ਮੁੰਡਾ ਗੱਡੀ ਵਾਲਾ ਆ ਰਿਹਾ ਟਰਮੀਨਲ 'ਤੇ, ਟਰਮੀਨਲ 'ਤੇ ਜਾਂਦੇ ਹਾਂ, ਟਰਮੀਨਲ ਸਾਡੇ ਤੋਂ 500 ਮੀਟਰ ਦੀ ਵੋਕ ਹੈ, ਹਟਲੇਕ ਟਰਮੀਨਲ, ਅਤੇ ਉੱਧਰ ਨੂੰ ਜਾਂਦੇ ਹਾਂ, ਅਤੇ ਫਿਰ ਉਹ ਸਾਨੂੰ ਪਿੱਕ ਕਰਦਾ, ਫਿਰ ਚੱਲਦੇ ਹਾਂ ਅੱਗੇ ਨੂੰ। ਲਓ ਜੀ ਆ ਗਿਆ ਫਿਰ ਸੁਖਪਾਲ ਸਿੰਘ ਅਨੇਜਾ, ਮੈਨੇਜਰ ਆਫ ਵਾਲਮਾਰਟ। ਸੁਖਪਾਲ ਦੇ ਘਰ ਆ ਗਏ ਜੀ ਆਪਾਂ, ਸੁਖਪਾਲ ਸਿੰਘ ਅਨੇਜਾ ਜੀ ਦੇ। ਕਹਿੰਦੇ ਚੱਲਿਆ ਫਿਰ TPO 'ਤੇ, ਕਹਿੰਦੇ ਜੁੱਤੇ ਤਾਂ ਫਿਰ ਮਹਿੰਗੇ ਪਾਉਣੇ ਪੈਣਗੇ। ਮੀਆਂ ਜੀ ਜੁੱਤੇ ਨਵੇਂ ਲੈ ਕੇ ਆਏ ਸੀ, ਕਿੱਥੋਂ ਲੈ ਕੇ ਆਏ ਸੀ? ਸ਼ੇਰੇ ਗਾਰਡਨ, ਸ਼ੇਰੇ ਗਾਰਡਨ ਤੋਂ। ਉਹਨੇ ਕਿਹਾ ਚਾਂਦਨੀ ਚੌਂਕ ਤੋਂ ਲੈ ਕੇ ਆਏ ਸੀ, ਜਾਣਾ ਹੈ ਚਾਂਦਨੀ ਚੌਂਕ, ਪਾਲਿਕਾ ਬਾਜ਼ਾਰ ਤੋਂ। ਨਹੀਂ ਨਹੀਂ, ਰਾਜੌਰੀ ਗਾਰਡਨ ਤੋਂ ਲੈ ਕੇ ਆਵਾਂਗੇ। ਰਾਜੀਵ ਚੌਂਕ ਤੋਂ? ਨਹੀਂ ਨਹੀਂ, ਉੱਥੇ ਨਹੀਂ, ਰਾਜੌਰੀ ਗਾਰਡਨ ਵੀ ਹੈ। ਅੱਛਾ, ਚਲੋ ਫਿਰ ਡੱਗੀ 'ਚ ਰੱਖ ਲਿਆ ਸਮਾਨ ਬਾਈ ਨੇ, ਬਾਈ ਜੀ ਨਾਲ ਚੱਲੇ ਨੇ ਆਪਣੇ ਗੁਰੀ ਜੀ। ਪਹੁੰਚ ਗਏ ਆਪਾਂ ਟੋਰੋਂਟੋ ਪ੍ਰੀਮੀਅਮ ਆਊਟਲੈਟ, ਅਤੇ ਇੱਥੇ ਕੋਈ ਪਾਰਕਿੰਗ ਖਾਲੀ ਨਹੀਂ ਹੈਗੀ, ਹੁਣ ਦੇਖਦੇ ਕੋਈ ਗੱਡੀ ਗੁੱਡੀ ਨਿਕਲਦੀ ਆ ਤਾਂ ਉਹਦੀ ਥਾਂ 'ਤੇ ਆਪਾਂ ਗੱਡੀ ਨਵਾਂ ਪਾਰਕਿੰਗ 'ਚ। ਇੱਕ ਪਾਰਕਿੰਗ ਮਿਲੀ ਆ ਮਸਾਂ, ਇੱਕ ਨਹੀਂ ਅੱਗੇ ਖਾਲੀ ਆ, ਉਹ ਸਾਰੀਆਂ ਖਾਲੀ ਨੇ, ਖਾਲੀ ਰਹੀ ਯਾਰੀ, ਉਹ ਖਾਲੀ, ਇੱਕ ਵੀ ਪਾਰਕਿੰਗ ਵਿਹਲੀ ਨਹੀਂ ਸੀ ਯਾਰ, ਇੱਕ ਵੀ ਭਰੀਆਂ ਪਈਆਂ ਗੱਡੀਆਂ। ਮੈਂ ਤੁਹਾਨੂੰ ਦੱਸਦੇ ਹਾਂ ਇੱਥੇ ਜਨਤਾ ਆਉਂਦੀ ਕਿਉਂ ਹੈ, ਹੁਣ ਚੱਲਦੇ ਹਾਂ ਆਪਾਂ ਗਾਂ ਨੂੰ, ਅਤੇ ਤੁਹਾਨੂੰ ਦੱਸਦੇ ਹਾਂ ਇੱਥੇ ਜਨਤਾ ਆਉਂਦੀ ਕਿਉਂ ਹੈ। ਮੇਰੇ ਫੋਨ 'ਚ ਥੋੜ੍ਹਾ ਹੀਟਿੰਗ ਇਸ਼ੂ ਚੱਲ ਰਿਹਾ, ਇਸ ਕਰਕੇ ਤੁਹਾਨੂੰ ਵੀਡੀਓ ਕੱਟ ਕਰਕੇ ਦੇਖ ਰਹੀ ਹੋਊਗੀ। ਇੱਥੇ ਜਨਤਾ ਕਿਉਂ ਆਉਂਦੀ ਹੈ? ਇੱਥੇ ਮੈਂ ਤੁਹਾਨੂੰ ਦੱਸਾਂ, ਇੱਥੇ ਜਿੰਨੇ ਵੀ ਬ੍ਰਾਂਡ ਨੇ ਕੈਨੇਡਾ ਅਤੇ ਅਮਰੀਕਾ ਦੇ, ਜਿੰਨੇ ਵੀ ਟੋਪ ਟੋਪ ਪ੍ਰੀਮੀਅਮ ਬ੍ਰਾਂਡ ਨੇ, ਪ੍ਰੀਮੀਅਮ ਛੱਡ ਮਾੜੇ ਤੋਂ ਮਾੜਾ ਚੰਗੇ ਤੋਂ ਚੰਗਾ ਬ੍ਰਾਂਡ ਇੱਥੇ ਸਾਰਾ ਮਿਲ ਜੂਗਾ, ਤਾਂ ਕਰਕੇ ਇਹਦਾ ਨਾਮ ਵੀ ਟੋਰੋਂਟੋ ਪ੍ਰੀਮੀਅਮ ਹੈ। ਹਾਂ, ਟੋਰੋਂਟੋ ਪ੍ਰੀਮੀਅਮ, ਤੇ ਥੋੜਾ ਸਸਤਾ ਹੁੰਦਾ ਵੈਸ, ਇੱਥੇ ਪ੍ਰੀਮੀਅਮ ਬੰਦੇ ਵੀ ਆਉਂਦੇ ਆ, ਇੱਥੇ ਪ੍ਰੀਮੀਅਮ ਬੰਦੇ ਆਏ ਹੋਏ ਨੇ ਜਿੱਦਾਂ ਕਿ ਮੀਆਂ ਜੀ ਆਏ ਹੋਏ ਨੇ। ਲਓ ਜੀ ਆਪਾਂ ਐਂਟਰ ਹੋ ਗਏ, ਇਹ ਜਿਹਾ ਕੁਛ ਹੈਗਾ ਅੰਦਰੋਂ, ਲਗਭਗ ਸਾਰੇ ਮਿਲ ਜਾਣਗੇ, ਸਾਈਕੋ ਬੰਨੀ, ਇੱਥੇ ਸਾਰੀਆਂ ਕਮਿਊਨਿਟੀ ਮਿਲ ਜਾਣਗੀਆਂ, ਚਾਈਨੀਜ਼, ਫਿਲੀਪੀਨੀ, ਇੰਡੀਅਨ, ਗੋਰੇ, ਇੰਗਲੈਂਡ ਵਾਲੇ ਸਾਰੇ ਮਿਲ ਜਾਣਗੇ, ਕੈਨੇਡੀਅਨ, ਪਾਕਿਸਤਾਨੀ ਮਿਲ ਜਾਣਗੇ। ਹਾਂ, ਤਾਂ ਨੋਰਮਲ ਜੀ ਗੱਲ ਹੈ। ਔਰ ਬੈਲੈਂਸ ਹੀ ਆਗਾ, ਇਹ ਰੈੱਡ ਸੈਕ ਕਿਹੜਾ ਹੈ, ਰੈੱਡ ਸਾਕ, ਗੁੱਚੀ ਹੈ, ਬੋਸ ਹੈ, ਮੱਝੇ ਹੈ, ਗੁੱਚੀ ਹੋ ਰਿਹਾ ਵੱਡਾ ਵੱਡਾ ਜਿਹਾ, ਇਹ ਤੋਂ ਲੇਟੈਸਟ ਨਿਊਜ਼ ਹੈ।
ਲਓ ਜੀ ਹੁਣ ਆਪਾਂ ਕਿਹੜੇ ਸਟੋਰ 'ਚ ਕੀ ਨਾਮ ਇਹਦਾ ਪਿਊਮਾ 'ਚ ਆ ਗਏ ਹੁਣ ਆਪਾਂ ਅਤੇ ਹੁਣ ਦੇਖਦੇ ਹਾਂ ਆਪਾਂ ਜੁੱਤੇ ਸਪੋਰਟ ਸ਼ੂਜ਼ ਲੈਣੇ ਨੇ ਮੁੰਡੇ ਨੇ ਬਲੈਕ ਐਂਡ ਵਾਈਟ 'ਚ ਕਨਫਿਊਜ਼ਨ ਹੋ ਰਹੀ ਹੈ ਮਿੱਤਰੋ ਪਿਊਮਾ ਬਲੈਕ ਜਾਂ ਵਾਈਟ ਇਹ ਬੀਬੀਆਂ ਵਾਸਤੇ ਨੇ ਦੀਦੀ ਸਿਸਟਰਸ ਇਹ ਮੈਨੂੰ ਲੱਗਦਾ ਹਾਂ ਇਹ ਕੁੜੀਆਂ ਵਾਲੇ ਨੇ ਸਾਰੇ ਇਹ ਸ਼ੋਰਟਸ ਆ ਗਏ ਇਹ ਵੀ ਸ਼ੋਰਟਸ ਆ ਗਏ ਸਪੋਰਟ ਸ਼ੂਜ਼ ਆ ਗਏ ਜੁਰਾਬਾਂ ਆ ਗਈਆਂ ਜੁਰਾਬਾਂ ਆ ਗਈਆਂ ਇਹ $22 ਦੀਆਂ ਕਿੰਨੀਆਂ ਨੇ 2, 4, 6, 12 ਜੁਰਾਬਾਂ ਨੇ ਮਤਲਬ 6 ਜੋੜੇ ਵੀ ਸ਼ਰਨ ਤੇਰੇ ਵਾਸਤੇ ਲੈ ਲਿਆ ਆਪਾਂ ਜੁੱਤੇ ਹੁਣ ਨਾ ਕਹੀਂ ਮੈਨੂੰ ਕੁਛ ਭੇਜਦਾ ਨਹੀਂ ਬਾਹਰੋਂ ਹੁਣ ਤੈਨੂੰ ਆ ਭੇਜ ਜਾਣੇ ਨੇ ਹੁਣ ਪਾ ਕੇ ਜਾਏ ਕਰੀ ਵਿਆਹ ਸ਼ਾਦੀ 'ਚ ਠੀਕ ਆ ਹਾਂ ਲੈ ਇਹ ਕਾਲੇ ਹੁਣ ਆਪਾਂ ਪੈਕ ਹੁਣ ਕਰਾਉਂਦੇ ਆਪਾਂ ਇਹਦਾ ਚੈੱਕ ਆਊਟ ਕਰ ਲਿਆ ਆਪਾਂ ਹੁਣ ਸ਼ੋਪਿੰਗ ਪਿਊਮਾ ਤਾਂ ਨਿਕਲਿਆ ਆਪਾਂ ਬਾਹਰ ਜੁੱਤੇ ਚੱਕ ਲਿਆ ਆਪਾਂ ਨੂੰ ਪੈ ਗਏ $100 ਦੇ ਅਤੇ ਬਾਈ ਕਹਿੰਦਾ ਬੈਗ ਦੀ ਲੋੜ ਨਹੀਂ ਕਹਿੰਦਾ ਜਾਣਾ ਆਪਾਂ ਨੇ ਗੱਡੀ 'ਚ ਹੁਣ ਆਪਾਂ ਅਗਲੇ ਸਟੋਰ 'ਚ ਦੇਖਦੇ ਆਪਾਂ ਆਪਣੇ ਵਾਸਤੇ ਕੁਛ ਪੈਸੇ ਹੈ ਨਹੀਂ ਫਿਰ ਵੀ ਆਪਾਂ ਦੇਖਦੇ ਹਾਂ ਸ਼ੂਜ਼ ਕਹਿੰਦੇ ਇਹਨਾਂ ਦੇ ਬੜੇ ਗਾਡਰ ਹੁੰਦੇ ਇਹ 140 ਦੇ ਇਹ ਸਾਰੇ ਐਂ ਰੱਖੇ ਹੁੰਦੇ ਨੇ ਮੈਂ ਪਾ ਪਾ ਕੇ ਚੈੱਕ ਕਰੀ ਜਾਓ ਅਤੇ ਚੱਕ ਲਓ ਜਿਹੜੇ ਘੈਂਟ ਲੱਗਦੇ ਨੇ 115 ਦਾ ਇਹ ਮੇਰੇ ਫਰੈਂਡ ਕੋਲ ਪਏ ਨੇ ਧਾਮੀ ਕੋਲ ਇਹੋ ਜਿਹੇ ਪਰ ਉਹ ਥੋੜ੍ਹੇ ਦੂਸਰੇ ਨੇ ਅਲੱਗ ਨੇ 120 ਦੇ ਨੇ ਆ ਵੈਸੇ ਤਾਂ ਤੁਹਾਨੂੰ ਪਤਾ ਬ੍ਰਾਂਡਡ ਸੌਦਾ ਥੋੜ੍ਹਾ ਮਹਿੰਗਾ ਹੁੰਦਾ ਪਰ ਇੱਥੇ ਥੋੜ੍ਹੇ ਔਫ ਲੱਗੇ ਹੁੰਦੇ ਨੇ ਜਿੱਦਾਂ ਕਈ ਕਈ ਵਾਰ 40% ਦੇ ਮੈਂ 50% ਕਰਕੇ ਇੱਥੇ ਜ਼ਿਆਦਾ ਬਹੁਤ ਜ਼ਿਆਦਾ ਭੀੜ ਰਹਿੰਦੀ ਹੈ ਤਾਂ ਹੀ ਕਰਕੇ ਇੱਥੇ ਪਾਰਕਿੰਗ ਨਹੀਂ ਮਿਲਦੀ ਸਾਨੂੰ ਪਾਰਕਿੰਗ ਬੜੀ ਮੁਸ਼ਕਿਲ ਨਾਲ ਮਿਲੀ ਹੈ ਹੁਣ ਆਪਾਂ ਚੱਲਦੇ ਹਾਂ ਅਗਲੇ ਸਟੋਰ 'ਚ ਜਿਹਦੇ 'ਚ ਦੇਖਦੇ ਆਪਾਂ ਲੈ ਕੇ ਕੁਛ ਜਾਣਾ ਜੀ ਆਪਾਂ ਨੇ ਹੁਣ ਜੀ ਆਪਾਂ ਆ ਗਏ ਐਸਿਕਸ 30% ਔਫ ਪਰ ਇਹ ਮੈਨਸ ਦੇ ਯਾਰ ਸੁਖਪਾਲ ਦਾ ਤੂੰ ਇੱਧਰ ਗਲਤ ਆ ਗਿਆ ਇਹ ਇਹੋ ਜਿਹੇ ਜੁੱਤੇ ਨੇ ਕੁਛ ਆਪਾਂ ਨੂੰ ਤਾਂ ਲੱਗੇ ਨਹੀਂ ਢੰਗ ਦੇ ਆ ਕਹਿੰਦੇ ਬੜੇ ਘੈਂਟ ਨੇ ਜੁੱਤੇ ਪਰ ਠੀਕ ਠਾਕ ਜਿਹੇ ਨਿਆਰੇ ਇਹ 100 ਦਾ ਲਾ ਰੱਖਿਆ ਇਹ 1500 ਤੋਂ ਉੱਤੇ ਦਾ ਜੁੱਤਾ ਨਹੀਂ ਹੈਗਾ ਇੰਡੀਆ 'ਚ ਬ੍ਰਾਂਡ ਆ ਬ੍ਰਾਂਡ ਦੇ ਵਿਕਦਾ ਬਸ ਬ੍ਰਾਂਡ ਦੇ ਹਿਸਾਬ ਨਾਲ ਇਹ ਹਰੇ ਪੀਲੇ ਜਿਹੇ ਪਸੰਦ ਆਉਂਦੇ ਨੇ ਲੋਕਾਂ ਨੂੰ ਹੈ ਨਾ ਆਪਾਂ ਨਹੀਂ ਮੰਨਦੇ ਇਹ 135 ਦਾ ਲੱਗਦਾ ਇਹ 2000 ਤੋਂ ਉੱਪਰ ਦੇ ਜੁੱਤੇ ਨੇ ਬ੍ਰਾਂਡ ਵਿਕਦਾ ਬਸ ਨਾਮ ਇਹ ਦੇਖੇ ਨੇ ਜੋਰਡਨ 130 ਦੇ ਨੇ ਇਹ 330 ਦੇ ਨੇ ਸੋਹਣੇ ਆ ਨੇ ਇਹ ਘੈਂਟ ਲੱਗ ਰਹੇ ਨੇ ਲਓ ਜੀ ਹੁਣ ਆਪਾਂ ਆ ਗਏ ਕੈਲਵਿਨ ਕਲੇਨ CK ਇਸ ਦੇਖਦੇ ਹੁਣ ਆਪਾਂ ਕੋਈ ਸਮਰ ਵਾਸਤੇ ਆਊਟਫਿਟ ਆ ਜੋਰਡਨ 'ਚ ਵਰਾਇਟੀ ਹੈ ਨਹੀਂ ਸੀ ਇਸ ਕਰਕੇ ਆਪਾਂ ਲਏ ਨਹੀਂ ਹੈਗੇ ਬਹਾਨਾ ਸੀ ਪੈਸੇ ਨਹੀਂ ਸੀ ਆਪਣੇ ਕੋਲ ਬਹਾਨਾ ਵੀ ਹੋਣਾ ਚਾਹੀਦਾ ਨਾ ਇੱਕ ਚਲੋ ਹੁਣ ਆਪਾਂ ਦੇਖਦੇ ਹਾਂ CK 'ਚ ਆਹ ਦੇਖੀਏ ਮਿੱਤਰੋ ਟਰਾਈ ਕਰਕੇ ਇਹ ਹੈਗੀ ਹੈ 98 ਦੀ ਅਤੇ ਦੇਖਦੇ ਹੁਣ ਆਪਾਂ ਚੈੱਕਆਊਟ ਕਰਕੇ ਕਿੰਨੇ ਕੁ ਦੀ ਪੈਂਦੀ ਆਪਾਂ ਨੂੰ ਅਤੇ ਇੱਕ ਸੁਖਪਾਲ ਨੇ ਬਲੈਕ ਲੈਣੀ ਹੈ ਦੋਨੋਂ ਇਕੱਠੇ ਚੱਕਾਂ ਹੈ ਆਪਾਂ ਚੱਲੇ ਹਾਂ ਗਣਤੰਤਰ ਕੇਲੇ ਕੋਲ ਮਤਲਬ ਕਿ ਬਨਾਨਾ ਰਿਪਬਲਿਕ ਇੱਥੇ ਕਹਿੰਦੇ 50% ਔਫ ਲੱਗਿਆ ਹੋਇਆ ਮੇਰੇ ਵੀਰੋ ਬਨਾਨਾ ਰਿਪਬਲਿਕ ਲੈ ਆਏ ਹਾਂ ਸਪੈਸ਼ਲ ਆ ਛੱਡੇ ਨੇ ਕਿੰਨੇ ਦੀ ਪੈ ਗਈ 35 ਦੀ 35 ਦੀ
ਇੱਕ ਟੀ ਸ਼ਰਟ 10% ਔਫ ਮਿਲ ਗਿਆ। ਇਹਨਾਂ ਦਾ ਲੋਗਿਨ ਕੋਈ ਸਾਈਨ ਅਪ ਵਾਲਾ ਸਿਸਟਮ ਹੁੰਦਾ ਵੀ ਸਾਡੇ ਮੈਂਬਰ ਬਣ ਜਾਓ, ਤੁਹਾਨੂੰ ਅਸੀਂ 10% ਔਫ ਦੇ ਦਾਂਗੇ। ਕੈਲਵਿਨ ਕਲੇਨ ਵਾਲਿਆਂ 20% ਔਫ ਦਿੱਤਾ ਸੀ ਅਤੇ ਇਹਨਾਂ ਨੇ 10% ਔਫ ਦਿੱਤਾ। ਆਪਾਂ ਉਸ ਸਾਈਡ ਜਾਣਾ ਪਰਲੀ ਸਾਈਡ 'ਤੇ ਅਤੇ ਅੱਗੇ ਆ ਨਾਈਕੀ ਆ ਗਿਆ, ਇੱਥੇ ਆਪਾਂ ਜਾ ਕੇ ਆਏ ਸੀ। ਇੱਥੇ ਬੈਠਣ ਉੱਠਣ ਦੀ ਥਾਂ ਬਣੀਆਂ ਹੋਈਆਂ ਨੇ, ਟ੍ਰੇਨ ਬਣੀ ਹੋਈ ਆ ਘੁੰਮਣ ਵਾਸਤੇ। ਮਾਇਆ ਲੈਂਦੇ ਹੁਣ ਇਹ ਮੈਜਿਕ ਟ੍ਰੇਨ ਪਰ ਬੱਚਿਆਂ ਵਾਸਤੇ ਸ਼ਾਇਦ। ਲਓ ਜੀ ਹੁਣ ਆਪਾਂ ਆ ਗਏ ਪਾਰਕਿੰਗ 'ਚ। ਇਹ 2 'ਤੇ ਲਾਈ ਸੀ ਆਪਾਂ ਗੱਡੀ, ਆਪਾਂ ਨੂੰ ਯਾਦ ਹੈ। ਆਹ ਛੋਟਾ ਜਿਹਾ ਬੈਗ ਦੇਖਿਆ ਇੱਕ ਹੋਂਡੇ ਗਿਆ ਸੀ, ਉਹ ਇਹ ਤਾਂ ਬਾਬਾ ਹੀ ਸੀ ਮੋਡੀਫਾਈ ਕਰਾਇਆ ਹੋਇਆ। ਇੱਥੇ ਲੱਗੀ ਆਪਣੀ ਗੱਡੀ, ਚੈੱਕ ਕਰਕੇ ਲੱਗੀ ਜੀਪ। ਚਲੋ ਜੀ ਫਿਰ, ਚਲੋ ਜੀ, ਚਲੋ ਜੀ, ਚਲੋ ਜੀ। ਅਤੇ ਕੁਛ ਇਹੋ ਜਿਹਾ ਨਹੀਂ ਦੂਰੋਂ, ਪਰਾਂਠਾ ਤਾਂ ਗਈ ਨਹੀਂ ਹੈਗੀ ਯਾਰ। ਲਓ ਜੀ ਹੁਣ ਪਹੁੰਚ ਗਏ ਆਪਾਂ ਘਰੇ, ਅਤੇ ਆਪਾਂ ਹੈਗੇ ਕੁਛ ਟਾਈਮ ਸੁਖਪਾਲ ਦੇ ਘਰੇ ਜਿੱਥੋਂ ਆਪਾਂ ਸਟਾਰਟ ਕੀਤਾ ਸੀ। ਅੰਦਰ ਚੱਲਦੇ ਹਾਂ ਅੰਦਰ, ਸੁਖਪਾਲ ਉੱਪਰ ਚੱਲ ਗਿਆ, ਉਹਨੇ ਕਿਤੇ ਜਾਣਾ ਰਾਈਡਾਂ ਰੂਈਡਾਂ ਲਾਉਣ ਵਾਸਤੇ। ਆਪਾਂ ਚੱਲਦੇ ਹਾਂ ਹੁਣ ਅੰਦਰ, ਚਾਹ ਰੱਖ ਦੀ ਆਪਾਂ, ਚਾਹ ਪੀ ਕੇ ਚੱਲਦੇ ਹਾਂ ਫਿਰ ਆਪਣੇ ਘਰੇ।